ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹਾਸੀਆਂ ਖੇਡੀਆਂ ਵਿੱਚ। ਸੋ ਜਿਹੜੇ ਮੇਰੇ ਵੀ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਹਨਾਂ ਨੇ ਕੀਤਾ ਉਹਨਾਂ ਧੰਨਵਾਦ। ਨਾਲ ਯਾਰ ਵੀਡੀਓ ਲਾਈਕ ਕਰੋ, ਤੁਸੀਂ ਲਾਈਕ ਨਹੀਂ ਕਰਦੇ ਯਾਰ, ਲਾਈਕ ਕਰਿਆ ਕਰੋ ਭਰਾਵਾਂ ਦੀ ਵੀਡੀਓ ਵੀ ਯਾਰ, ਭਰਾਵਾਂ ਨੂੰ ਸਪੋਰਟ ਕਰੋ ਯਾਰ। ਸਾਡੇ ਮੁੱਖ ਮਹਿਮਾਨ ਹੋਣਗੇ ਸਾਡੀ ਗੋਪੀ ਭਾਬੀ, ਜੋ ਕਿ ਪੂਰੇ ਵਿਸ਼ਵ ਵਿੱਚ ਆਪਣੀ ਬੀਚ ਦਾ ਡੈਂਕਾ ਬਚਵਾ ਚੁੱਕੀ ਹੈ, ਕਿਸੇ ਤਰ੍ਹਾਂ ਦੀ ਤਾਰੀਫ ਦੇ ਮੁਹਤਾਜ ਨਹੀਂ ਹੈ। ਦੂਜੀ ਹੋਏਗੀ ਨਰੂਲਾ ਦੀ ਕੁੜੀ ਸਿਮਰਨ ਨਰੂਲਾ, ਜੋ ਕੈਨੇਡਾ ਜਾ ਰਹੀ ਹੈ, ਆਪਾਂ ਉਹਨੂੰ ਵੀ ਪੂਰੇ ਵਹਿਮਾਂ ਭਰਮਾਂ ਦੇ ਨਾਲ ਤੋਰਾਂਗੇ ਕੈਨੇਡਾ, ਤੇ ਨਾਲ ਉਹਦੇ ਸਾਡੇ ਮਯੰਕ ਭਾਈ ਦੀ ਚਵਲਾ ਸੁਣਾਂਗੇ। ਪਰ ਉਸ ਤੋਂ ਪਹਿਲਾਂ ਕੰਗਣਾ ਨੋਤ ਬਾਰੇ ਗੱਲ ਕਰਾਂਗੇ। ਮੈਂ ਸੁਣਿਆ ਕੰਗਣਾ ਰਣੌਤ ਨੂੰ MP ਬਣਦੇ ਸਾਰੀ ਸਗਨ ਪੈਣੇ ਸ਼ੁਰੂ ਹੋ ਗਏ, ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੁਭ ਕੰਮ ਦਾ ਆਰੰਭ ਜੋ ਹੈ ਪੰਜਾਬ ਤੋਂ ਹੋਇਆ ਹੈ। ਨਾ ਹੱਥ ਨੂੰ ਤੇਰੀ ਕਿਹੜੇ ਕਹਿੰਦੇ ਬੁੰਡ ਮਾਰ ਲਈ, ਚੱਲ ਜੇ ਕੋਈ ਮਾਰ ਵੀ ਲੇਗਾ ਤੂੰ ਕਿਹੜਾ ਪਹਿਲੀ ਵਾਰ ਦੇਣੀ ਹੈ। ਜਵਾਨ 'ਚ ਹੱਡੀ ਨਹੀਂ ਹੁੰਦੀ ਪਰ ਹੱਡੀ ਤਲਵਾਰ ਜ਼ਰੂਰ ਦਿੰਦੀ ਹੈ। ਕਿਸਾਨਾਂ ਬਾਰੇ ਗਲਤ ਬੋਲਦੀ ਸੀ ਤੈਨੂੰ ਉਦੋਂ ਨਹੀਂ ਪਤਾ ਲੱਗਾ ਕਿ ਇਹ ਪੰਜਾਬ ਹੈ, ਇਹ ਤਾਂ ਬੈਰੀਆਂ ਸੌਦਾ ਇੰਗਲੈਂਡ ਜਾ ਕੇ ਲਾਉਂਦਾ ਆ, ਪ੍ਰਧਾਨ ਮੰਤਰੀ ਤੱਕ ਨਹੀਂ ਛੱਡੇ ਨਾ, ਤੂੰ ਕਿਹੜੇ ਖੇਤ ਦੀ ਮੂਲੀ ਹੈ। ਬਟ ਮਾਈ ਕੰਸਰਨ ਇਜ਼ ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇ ਬੜ ਰਹਾ ਹੈ, ਹਾਊ ਡੂ ਵੀ ਹੈਂਡਲ ਦੈਟ। ਅਖੋ ਤੇਰੀ ਬੱਚੀ MP ਬਣ ਗਈ ਹੈ ਪਰ ਇਹਨੂੰ ਰਿਸਪੈਕਟ ਤੇ ਅੱਤਵਾਦ ਦਾ ਫਰਕ ਨਹੀਂ ਪਤਾ, ਜਦੋਂ ਕਿਸੇ ਦੇ ਮਾਂ ਪਿਓ ਨੂੰ ਗਾਲਾਂ ਕੱਢੇਗੀ ਤੇ ਅਗਲਾ ਬਾਹ ਪਾਏਗਾ ਹੀ ਨਾ, ਹੁਣ ਕਿਉਂ ਚੀਕਦੀ ਪਈ ਆ। ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਕੀ ਲੱਗਦਾ, ਆਪਣੀ ਭੈਣ ਕੁਲਵਿੰਦਰ ਕੌਰ ਨੇ ਸਹੀ ਕਿਤਾ ਚਪੇੜ ਮਾਰ ਕੇ ਦੇ ਜਾਂ ਠੁੱਡ ਮਾਰਨੇ ਚਾਹੀਦੇ ਸੀ। ਮੇਕਅਪ ਪ੍ਰੋਡਕਟਸ ਮੈਂ ਆਪਕੋ ਦਿਖਾਨੇ ਵਾਲੀ ਹੂੰ ਕਿ ਮੈਂ ਕੌਨ ਕੌਨ ਸੇ ਯੂਜ਼ ਕਰਤੀ ਹੂੰ ਆਪਣੇ ਰੂਟੀਨ ਮੇਕਅਪ ਕੇ। ਨਾ ਹੋ ਯਹਾਂ ਪੇ ਮੈਨੇ ਆਪਣੇ ਸਾਰੇ ਬ੍ਰਸ਼ਸ ਰੱਖੇ ਹੋਏ, ਆਪ ਦੇਖ ਸਕਤੇ ਹੋ। ਓ ਭਾਬੀ ਜੀ ਕੀ ਫਾਇਦਾ ਇਹਨਾਂ ਮੇਕਅਪ ਦਾ, ਵੀਡੀਓ ਭੇਜਦਾ ਤੁਸੀਂ ਕੁਛ ਕੀਤਾ ਹੀ ਨਹੀਂ ਸੀਗਾ। ਵੈਸੇ ਛੋਟੀ ਮੋਟੀ ਬਾਤ ਨਹੀਂ, ਮੇਕਅਪ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਵੈਸੇ ਗੱਲ ਵੀ ਸਹੀ ਆ, ਔਰ ਕਈ ਜਗ੍ਹਾ ਤੇ ਬੰਦਾ ਹੱਥ ਨਹੀਂ ਪੁੱਜਦਾ। ਬਾਤ ਸਹੀ ਹੈ। ਚਲੋ ਕੋਈ ਨਹੀਂ ਭਾਬੀ ਜੀ, ਮੇਕਅਪ ਨਹੀਂ ਕਰਨਾ ਸੀਗਾ ਤੇ ਫਿਲਟਰ ਹੀ ਕੋਈ ਲਾ ਲਾਂਦੇ, ਦਰਸ਼ਕ ਖੁਸ਼ ਹੋ ਜਾਣੇ ਸੀਗੇ। ਸਹਿਜ ਭਾਈ ਨੇ ਬਿਲਕੁਲ ਸਹੀ ਕਿਹਾ, ਫਿਲਟਰ ਵਾਲੇ ਬੰਦੇ ਸਹਿਜ ਭਾਈ ਨੇ ਬਿਲਕੁਲ ਪਸੰਦ ਨਹੀਂ ਹੈਗੇ, ਤਾਂ ਇਹਨੇ ਸਹਿਜ ਭਾਈ ਕੋਈ ਕੰਮ ਨਹੀਂ ਕਰਦੇ ਇੱਦਾਂ ਜਿਹਦੇ ਵਿੱਚ ਫਿਲਟਰ ਲਾਣੇ ਪੈਂਦੇ। ਦਰਸ਼ਕਾਂ ਨੂੰ ਕਦੇ ਕਦੇ ਨਾ ਫਿਲਟਰ ਚੰਗੇ ਲੱਗਦੇ ਆ, ਜੇ ਤੁਸੀਂ ਉਸ ਦਿਨ ਵੀਡੀਓ 'ਚ ਫਿਲਟਰ ਲਾ ਲੈਂਦੇ ਨਾ ਤੁਹਾਨੂੰ ਇੰਨੇ ਗੰਦੇ ਕਮੈਂਟ ਨਹੀਂ ਸੀ ਆਉਣੇ। ਔਰ ਇੰਸਟਾਗ੍ਰਾਮ 'ਤੇ ਵੀ ਕਾਫੀ ਲੋਕਾਂ ਕੇ DMs ਆਤੇ ਹੈਂ, ਕਮੈਂਟਸ ਆਤੇ ਹੈਂ ਕਿ ਆਪ ਆਪਣਾ ਮੇਕਅਪ ਰੂਟੀਨ ਸ਼ੇਅਰ ਕਰੋ, ਮੇਕਅਪ ਪ੍ਰੋਡਕਟ ਸ਼ੇਅਰ ਕਰੋ। ਕਿਸੇ ਨੇ ਕਮੈਂਟ ਕਮੁੰਟ ਨਹੀਂ ਕੀਤਾ ਸੀਗਾ, ਮੈਂ ਸਾਰੇ ਕਮੈਂਟ ਪੜ ਲਏ ਇਹਦੇ ਜਾ ਕੇ, ਪੂਰੀ ਜਿੰਨੀ ਵੀ ਪੋਸਟਾਂ ਪਾਈਆਂ ਇੰਸਟਾਗ੍ਰਾਮ 'ਤੇ ਇਹਨੇ, ਕਿਸੇ ਨੇ ਇੱਕ ਵੀ ਕਮੈਂਟ ਲੱਭਾ ਮੈਨੂੰ ਜਿੱਥੇ ਪੁੱਛਿਆ ਮੈਨੂੰ ਕਿਸੇ ਨੇ ਕਿ ਮੇਕਅਪ ਦਾ, ਸਾਰੇ ਲੋਕ ਬਸ ਦੋ ਹੀ ਗੱਲਾਂ ਪੁੱਛਦੇ ਵੀ ਜ਼ਿਆਦਾਤਰ, ਉਹ ਸਹਿਜ ਭਾਈ ਤੁਹਾਨੂੰ ਦੱਸਣਗੇ ਕਿਹੜੀਆਂ ਸੀ। ਕਿਆ ਕਰ ਰਹੇ ਹੋ ਆਪਕੀ ਡੋਈ ਇਤਨੀ ਉੱਪਰ ਕਿਉਂ ਹੈ? ਸੂਰਜ ਦੀ ਲੋ ਰੰਗੀ ਹੈ, ਇੱਥੋਂ ਕੁਝ ਬਾਤ ਨਹੀਂ, ਬਸ ਨਹੀਂ ਗੁਲਾਬ ਰੰਗੀ ਹੈ, ਮੈਨੂੰ ਕਿਤੇ ਪਿਆਰ ਤੇ ਨਹੀਂ। ਅੱਛਾ ਜੀ, ਉਹ ਤੂੰ ਅਮਰੀਕਾ ਤੇ ਥੱਲੋਂ ਅਫਰੀਕਾ। ਸਾਲੇ ਸਵੇਰੇ ਸਵੇਰੇ ਮਨੁੱਖ ਲੋਕੋ ਕੀ ਮਨੁੱਖ ਸ਼ਕਲ ਦੇਖ ਲਈ, ਪਤਾ ਨਹੀਂ ਅੱਜ ਪਾਣੀ ਵੀ ਨਸੀਬ ਹੋਗਾ ਕਿ ਨਹੀਂ। ਓ ਤਾਇਆ ਜੀ ਸ਼ੁਕਰ ਕਰੋ, ਤੁਸੀਂ ਇਹਦਾ ਮੂੰਹ ਦੇਖਿਆ, ਕੁਝ ਹੋਰ ਨਹੀਂ ਵੇਖ ਲਿਆ। ਜੇ ਤੁਸੀਂ ਕੁਝ ਹੋਰ ਵੇਖ ਲੈਂਦੇ ਨਾ, ਰੋਟੀ ਖਾਣ ਨੂੰ ਦਿਲ ਵੀ ਨਹੀਂ ਕਰਨਾ ਸੀਗਾ। ਥੋੜੀ ਮਰਿਆਦਾ ਰੱਖੀਏ। ਮਰਿਆਦਾ ਵੈਸੇ ਤੁਹਾਨੂੰ ਰੱਖਣੀ ਚਾਹੀਦੀ ਹੈ। ਭਾਬੀ ਤੁਹਾਨੂੰ ਕਿੱਦਾਂ ਪਤਾ, ਤੁਸੀਂ ਚੈੱਕ ਕੀਤੇ ਤਿੰਨੇ ਹੀ? ਫਿਰ ਭਾਬੀ ਜੀ ਇਹ ਹਿਸਾਬ ਨਾਲ ਤੁਸੀਂ ਦੁਕਾਨ ਤੇ ਕਦੋਂ ਜਾਂਦੇ ਹੋ, ਕਿਉਂਕਿ ਤੁਹਾਡਾ ਸਾਰਾ ਟਾਈਮ ਦੇਣੇ ਬੰਡੇ ਹੋਣਾ, ਇੱਕ ਦੀ ਵਾਰੀ ਸਵੇਰੇ ਹੋਣੀ, ਇੱਕ ਦੀ ਦੁਪਹਿਰ ਤੇ ਰਾਤ ਨੂੰ। ਬਟ ਇਹ ਵਲੌਗ ਦੀ ਸਾਰਿਆਂ ਨੂੰ ਬਹੁਤ ਟਾਈਮ ਤੋਂ ਵੇਟ ਸੀਗੀ, ਆਈ ਨੋ, ਤੇ ਫਾਈਨਲੀ ਉਹ ਦਿਨ ਆ ਗਿਆ ਵਾ। ਲੈ ਸਾਰਾ ਤੇਰਾ ਬਲੌਗ ਨਾ ਗਿਆ, ਪੰਜਾਬ ਦੀਆਂ ਵੋਟਾਂ ਦਾ ਨਤੀਜਾ ਹੋ ਗਿਆ ਜਿਹੜਾ ਸਾਰਿਆਂ ਨੂੰ ਵੇਟ ਸੀਗੀ। ਪਹਿਲਾਂ ਪਤਾ ਲੱਗ ਹੀ ਗਿਆ ਹੋਣਾ ਵਾ, ਸਨੈਪ ਤਾਂ ਪਹਿਲਾਂ ਹੀ ਦੇਖ ਲੈਣਗੇ ਨਾ ਸਾਰੇ, ਵਲੌਗ ਤਾਂ ਬਾਅਦ 'ਚ ਹੀ ਆਊਗਾ। ਹਾਂ ਵਲੌਗ ਤਾਂ ਬਾਅਦ 'ਚ ਹੀ ਆਊਗਾ, ਬਟ ਫਿਰ ਵੀ ਸਟਿਲ ਤੁਸੀਂ ਐਂਡ ਤੱਕ ਦੇਖਣਾ ਜ਼ਰੂਰ ਹੈ, ਤੇ ਐਂਡ ਤੱਕ ਟੱਟੂ ਬਣੇ ਰਹਿਣਾ, ਉਹ ਤਾਂ ਹੁਣੇ ਭੱਜ ਗਈ ਹੈ, ਸਾਰਾ ਮਸਾ ਮਸਾ ਤਾਂ ਨਜ਼ਾਰਾ ਆਉਣ ਲੱਗਾ ਸੀਗਾ। ਬੜਾ ਹੈਰਾਨ ਹੀ ਹੋ ਬੇਟਾ। ਮੈਂ ਤਾਂ ਫਲਾਈਟ ਵਗੈਰਾ ਤੇ ਕੱਲੀ ਨੇ ਟਰੈਵਲ ਨਹੀਂ ਕੀਤਾ ਸੀਗਾ, ਤੇ ਹੁਣ ਮੈਂ ਕੱਲੀ ਜਾਊਂਗੀ ਤੇ ਸਾਰਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗੀ ਤੁਹਾਡੇ। ਜ਼ਾਹਿਰ ਸੀ ਗੱਲ ਹੈ ਬੀਬਾ ਜੀ, ਤੁਹਾਡਾ ਕੱਲੇ ਦੇ ਵੀਜ਼ਾ ਲੱਗਾ ਤੇ ਕੱਲੇ ਜਾਓਗੇ ਨਾ, ਜੇ ਤੁਹਾਡੀ ਬੇਬੇ ਦਾ ਲੱਗਦਾ ਤਾਂ ਆਪਣੀ ਬੇਬੇ ਲੈ ਜਾਣੀ ਸੀਗੀ,
ਨਾਲ ਤੁਸੀਂ ਕੈਨੇਡਾ ਜਾ ਰਹੇ ਹੋ, ਪਿੰਡਗਾ ਜਾ ਰਹੇ ਹੋ ਜਿਹੜਾ ਪਿੰਡ ਟਰਾਲੀ ਭਰ ਕੇ ਲੈ ਜਾਣੀ ਸੀ। ਕੈਸੀਆਂ ਕੈਸੀਆਂ ਘੁਸੀਆਂ ਔਰਤਾਂ ਭਰੀਆਂ ਹੋਈਆਂ। ਮੈਂ ਤਾਂ ਸਮਝਦਾ ਤੇਰਾ ਸਰੀਰ ਮੋਟਾ ਹੈ, ਪਰ ਤੇਰਾ ਦਿਮਾਗ ਵੀ ਮੋਟਾ ਨਿਕਲਿਆ। ਆ ਜਿਹੜਾ ਨਾਲ ਜਨਾਨਾ ਜੀ ਨੇ ਹੈਗਾ, ਦੇਖਿਓ ਇਹਨੇ ਚਵਲਾ ਕਿੱਦਾਂ ਮਾਰਨੀ ਹੈ। ਇਹਨੇ ਕਹਿਣਾ ਤੁਹਾਡੇ ਟੱਬਰ 'ਚ ਨਾ ਇਹਨੇ ਕੱਲੀ ਨੇ ਬਹੁਤ ਕੁਛ ਕੀਤਾ, ਸੁਣਿਓ ਤੁਸੀਂ, ਦੇਖਿਓ ਦੇਖਿਓ। ਬਹੁਤ ਕੁਛ ਕਰਨ ਨੂੰ ਸਾਰਾ, ਕਿਹੜੇ ਮੇਲੇ ਜਾ ਕੇ ਦੰਦਾਂ ਟਰੈਕਟਰ ਖਿੱਚਦੀ ਰਹੀ ਹੈ, ਬਣਾਉਂਦੀ ਤਾਂ ਵੀਡੀਓ ਸੀ ਨਰੁੱਲਿਆਂ ਦੇ ਨਾਲ ਮਿਲ ਕੇ। ਗਜਬ ਬੇਇੱਜ਼ਤੀ ਹੈ ਜੀ। ਮਤਲਬ ਕਿੱਦਾਂ ਠੀਕ ਹੈ ਸਾਰੇ ਜਾਣੇ? ਜਵਾਬ ਦੇਣ ਤੂੰ ਸਾਲਾ ਕੇਬੀਸੀ ਚ ਬੈਠਾ ਆ, ਕੰਮ ਨਚਾਰਾ ਵਾਲੇ ਤੇ ਫਿਲਮ ਸਟਾਰਾਂ ਵਾਲੀ ਆ ਥੂਕੋ ਸਾਹਿਬ। ਤੁਹਾਨੂੰ ਨੀ ਪਤਾ ਉਹ ਸਟੰਟ ਦੇ ਪਿੱਛੇ ਪਿਆ ਏ, ਲੈ ਹੱਸਦੇ ਆ। ਉਹ ਕਿਸੇ ਨੂੰ ਦਿੰਦਾ ਪਿਆ ਸੀਗਾ, ਤੂੰ ਇਹਦੀ ਪਦ ਵਾਲੀ ਨਾੜ ਪਾੜ ਗਈ ਤਾਂ ਕਰਕੇ। ਮਹਿੰਗ ਭਾਜੀ ਤੁਸੀਂ ਦੱਸਿਆ ਨੀ ਆਪਣੇ ਫੈਨਸ ਨੂੰ ਪਹਿਲਾਂ? ਤੇ ਮੈਂ ਦੋ ਚਾਰ ਵਾਰੀ ਆਪਣੇ ਵਲੌਗ ਚ ਵੀ ਜ਼ਿਕਰ ਕੀਤਾ ਹੋਇਆ ਵਾ, ਆਈ ਥਿੰਕ ਮੈਂ ਸਨੈਪਚੈਟ ਦੀ ਸਟੋਰੀ ਚ ਵੀ ਸ਼ਾਇਦ ਜ਼ਿਕਰ ਕੀਤਾ ਹੋਊਗਾ ਇਹਦਾ ਸਟੰਟ ਜਿਹੜੇ ਮੇਰੇ ਪਿਆ ਵਾ, ਇੱਕੋ ਸਟੰਟ ਪਿਆ ਸੀਗਾ। ਫਿਰ ਹੁਣ ਕੀ ਮਸਲਾ ਬਣਿਆ ਉਸਤਾਦ? ਕਈ ਲੋਕੀ ਕਹਿੰਦੇ ਪਖੰਡ ਕਰਦਾ ਵਾ ਤੇ ਬਕਵਾਸ ਕਰਦੇ ਸੀਗੇ ਲੋਕੀ ਹਨਾ, ਤੇ ਚਲੋ ਕੋਈ ਨੀ। ਦੇਖੋ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਵਾ ਮੈਂ ਆਪਣੇ ਦੋਸਤਾਂ ਨਾਲ ਕਸੋਲ ਘੁੰਮਣ ਗਿਆ ਸੀ, ਮੈਂ ਉਹਦੇ ਵਲੌਗ ਨਹੀਂ ਬਣਾਇਆ, ਠੀਕ ਹੈ? ਤੇ ਉਦੋਂ ਮੇਰੇ ਪੱਥਰੀ ਦੀ ਨਾ ਦਰਦ ਦੁਬਾਰਾ ਸਟਾਰਟ ਹੋ ਗਈ, ਮੇਰੇ ਪੱਥਰੀ 2021 ਚ ਸਟਾਰਟ ਹੋਈ ਸੀ, ਕਿਉਂਕਿ ਮੇਰੀ ਦਰਦ ਸਹੀ ਹੋ ਗਈ ਪੱਥਰੀ ਦੇ ਓਕੇ ਰਿਪੋਰਟ ਹੋਈ, ਮੈਂ ਬੀਅਰ ਬੂਰੇ ਕਦੀ ਫਿਰ ਪੀ ਲਈ ਹੈ ਨਾ। ਪਹਿਲੀ ਗੱਲ ਤਾਂ ਯਾਰ ਬੀਅਰ ਦਾ ਕੋਈ ਫੈਕਟ ਨਹੀਂ ਹੁੰਦਾ, ਪੱਥਰੀ ਲਿੰਕ ਨਹੀਂ, ਪੱਥਰੀ ਵਧੀਆ ਬੀਅਰ ਨਾ, ਸਗੋਂ ਸ਼ਰਾਬ ਨਾਲੋਂ ਬੀਅਰ ਥੋੜੀ ਠੀਕ ਹੁੰਦੀ ਆ, ਬੰਦਾ ਬੀਅਰ ਪੀ ਲੈ ਤੇ ਉਹ ਵਧੀਆ। ਹਾਂਜੀ ਇੰਨੀ ਵਧੀਆ ਹੁੰਦੀ ਬੀਅਰ, ਇੱਕ ਬੀਅਰ ਆਪਣੀ ਬੇਬੇ ਨੂੰ ਪਿਲਾ ਦੇ ਫਿਰ। ਮਗਰ ਕਿਉਂ ਸਾਲਾ ਘੁੱਸਾ ਨਾ ਹੋਏ ਤਾਂ ਨਸ਼ਾ ਪ੍ਰਮੋਟ ਕਰਦਾ ਫੁੱਦੂ। ਰਿਪੋਰਟਾਂ ਨਕਲੀ ਆ, ਐਵੇਂ ਮਾਰਦੇ ਆ, ਕੋਈ ਸਰਜਰੀ ਕੋਈ ਕੁਛ ਨਹੀਂ ਹੋਈ। ਉਹ ਭਰਾਵਾ ਵੇਖਣਾ ਕੁਛ ਕੁਛ ਵਿਖਾਵਾਂ, ਵਿਖਾ ਦੇਣਾ ਕਹਿੰਦੇ ਦੇ। ਜੇ ਤੇਰੇ ਪੱਲੇ ਕੁਝ ਹੁੰਦਾ ਤੇ ਹਿਮਾਨੀ ਨਾ ਭਜਦੀ, ਲੋਕਾਂ ਨੂੰ ਚੂਤੇ ਸਮਝਦੇ ਫੁੱਦੂਆ। ਇੱਥੇ ਤੁਸੀਂ ਹਰ ਇੱਕ ਚੀਜ਼ ਸ਼ੇਅਰ ਕਰਦੇ ਆ, ਕੀ ਖਾਧਾ, ਕਿਹਨੂੰ ਦਿੱਤੀ, ਕਿੱਦਾਂ ਦਿੱਤੀ, ਸਾਲੋ ਹਰ ਚੀਜ਼ ਦੀ ਸ਼ੇਅਰ ਕਰਦੇ ਫੁੱਦੂ। ਤੇ ਤੇਰੇ ਸਟੰਟ ਪਿਆ ਤੂੰ ਦੱਸਦਾ ਨਾ ਅੱਗੇ ਕਿ ਮੇਰੇ ਆਹ ਚੀਜ਼ ਸਟੰਟ ਪਿਆ ਤਾਂ ਕੱਪੜੇ ਲਾ ਕੇ ਆਪਣੇ ਐਵੇਂ ਲੋਕਾਂ ਨੂੰ ਫੁੱਦੂ ਬਣਾਉਂਦੇ ਰਹਿੰਦੇ ਹੋ। ਇਹਦਾ ਪਿਓ ਵੀ ਨਹੀਂ ਕਹਿ ਸਕਦਾ ਕਿ ਘੁੱਸੇ ਪੁੱਤ ਨਾਲ ਧੀ ਇੰਨੀ ਚੰਗੀ, ਕਿਉਂਕਿ ਧੀ ਵੀ ਇੱਕ ਜੰਮੀ ਉਹਨੇ, ਉਹ ਵੀ ਕਲਾਨੀ ਹੈ। ਅੱਜ ਦੇ ਲਈ ਇੰਨਾ ਹੀ, ਮਿਲਾਂਗੇ ਫਿਰ ਕਿਸੇ ਅਗਲੀ ਵੀਡੀਓ 'ਚ, ਪਰ ਜਾਣ ਤੋਂ ਪਹਿਲਾਂ ਗਾਣਾ ਜ਼ਰੂਰ ਹੋਵੇਗਾ। ਜੱਟ ਦੀ ਬਰਾਤ ਵਿੱਚ ਉਹੀ ਜਾਣਗੇ ਜਿਨ੍ਹਾਂ ਨੂੰ ਟਾਈ ਦੀ ਆਉਂਦੀ ਗੱਠ ਬੰਨਣੀ, ਉਹ ਜੱਟ ਦੀ ਬਰਾਤ।